अज डॉक्टर भीमराव अंबेदकर जी की 130वीं जयंती मौके अमृतसर तो विधायक डॉक्टर राजकुमार वेरका ने उन्होंने श्रद्धांजलि भेंट की। इस मौके पत्रकारों नाल गलबात करदे डॉक्टर राजकुमार वेरका ने कहा कि जो सुखबीर बादल वालों अज ऐलान किया गया कि जदों उन्हां दी सरकार बनेगी तो वह एक दलित नूं पंजाब दा डिप्टी सीएम बनाउणगे। वो एक सरासर सियासी पैंतरा है। उन्होंने कहा है कि जदों उन्हां दी सरकार सी उदों प्रकाश सिंह बादल मुख्यमंत्री बन गए तो सुखबीर सिंह बादल आप खुद डिप्टी सीएम बन गए। वेरका ने कहा है कि यह सिर्फ अगाऊ चोण जितने लई ड्रामेबाजी की जा रही है। भाई जिहड़ा सुखबीर सिंह बादल ऐलान किया ना भी जदों उन्हां दी सरकार होगी उदो दलित उप मुख्यमंत्री होएगा ते जदों इन्नी वारी उन्हां दी सरकार आई मंत्री बनाए उदों ते प्यो पुत्तर दोने ही एक मुख्यमंत्री दूजा उप मुख्यमंत्री ते जिन्ना जिहड़ी जित्थों तक सवाल इस गल दा है कि जदों लोकां ने जमीन ते लाता जदों लोकां ने नकारता जदों लोकां ने निखेध कर दिता ते अज उह दलितां दी गल कर रहा है अज उन्हां नूं दलित याद कर आ रहा है। मैं समझना कि यह दलित नहीं उन्हां नूं कुर्सी सता रही है। नहीं नहीं पर इस तरीके का वड्डा ऐलान अज बाबा साहब का जिहदा जन्म दिवस है उस मौके उन्होंने ऐलान किया है ते ਬਈ ਮੈਂ ਮਹਿਸੂਸ ਕਰਦਾ ਹਾਂ ਕਿ ਦੇਖੋ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਕਾਂਗਰਸ ਪਾਰਟੀ ਨੇ ਹਮੇਸ਼ਾ ਸਲਾਮ ਕੀਤਾ ਹੈ। ਕਾਂਗਰਸ ਪਾਰਟੀ ਨੇ ਪਹਿਰਾ ਦਿੱਤਾ ਹੈ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਔਰ ਜਿੰਨੇ ਵੀ ਅੱਜ ਤੱਕ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦੇ ਲੋਕ ਹੈ। ਦੇਸ਼ ਦਾ ਗ੍ਰਹਿ ਮੰਤਰੀ ਕਿਹਨੇ ਬਣਾਇਆ? ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦਾ ਬੂਟਾ ਸਿੰਘ ਉਹਨਾਂ ਨੇ ਬਣਾਇਆ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਣੇ ਔਰ ਬਹੁਤ ਸਾਰੇ ਅਹੁਦਿਆਂ ਦੇ ਉੱਪਰ ਮੈਂ ਸਮਝਣਾ OBC ਦੇ ਗਰੀਬਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਅੱਗੇ ਵਧਾਉਣ ਦਾ ਜਿਹੜਾ ਕੰਮ ਹੈ ਉਹ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕੀਤਾ ਹੈ। ਅਕਾਲੀ ਦਲ ਇਸ ਜਿਹੜਾ 2022 ਦੇ ਵਿੱਚ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਨੂੰ ਇਹ ਕਿਹਾ ਕਿ ਭਾਈ ਅੱਜ ਦਲਿਤਾਂ ਨੂੰ ਭਰਵਾਉਣ ਵਾਸਤੇ BJP ਵੀ ਕੋਸ਼ਿਸ਼ ਕਰ ਰਹੀ ਹੈ, ਅਕਾਲੀ ਦਲ ਵੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਕਿਤਾਬੋਂ ਮੇਂ ਛਪਤੇ ਹੈ ਦਲਿਤਾਂ ਦਲਿਤੋਂ ਕੀ ਤਰੱਕੀ ਕੇ ਕਿੱਸੇ, ਹਕੀਕਤ ਕੀ ਦੁਨੀਆ ਮੇਂ ਯੇ ਉਨਕੇ ਮਨ ਮੇਂ ਕਦਰ ਨਹੀਂ ਹੈ। ਇਹ ਕਦਰ ਉਹਨਾਂ ਦੇ ਮਨ ਦੇ ਵਿੱਚ ਬਿਲਕੁਲ ਗਰੀਬਾਂ ਦੇ ਪ੍ਰਤੀ ਨਹੀਂ ਹੈਗੀ। ਔਰ ਮੈਂ ਮਹਿਸੂਸ ਕਰਦਾ ਕਿ ਅੱਜ BJP ਇਹ ਗੱਲ ਕਹਿ ਰਹੀ ਹੈ ਕਿ ਦਲਿਤ ਮੁੱਖ ਮੰਤਰੀ ਪੰਜਾਬ 'ਚ ਕਿਉਂ ਨਹੀਂ ਹੋਣਾ ਚਾਹੀਦਾ। 36% ਆਬਾਦੀ ਹੈ ਅਤੇ BJP ਕਹਿ ਰਹੀ ਹੈ ਕਿ ਪੰਜਾਬ 'ਚ ਦਲਿਤ ਮੁੱਖ ਮੰਤਰੀ ਕਿਉਂ ਨਾ ਹੋਵੇ। ਬਈ ਤੁਸੀਂ UP ਦੇ ਵਿੱਚ ਇੰਨੀ ਪਾਪੂਲੇਸ਼ਨ ਹੈ, ਦਲਿਤ ਅੱਗੇ ਮੁੱਖ ਮੰਤਰੀ ਰਿਹਾ ਹੈ, ਤੁਸੀਂ UP 'ਚ ਕਿਉਂ ਨਹੀਂ ਮੁੱਖ ਮੰਤਰੀ ਦਲਿਤ ਬਣਾ ਲੈਂਦੇ? ਤੁਸੀਂ ਬਾਕੀ ਸਟੇਟਾਂ ਦੇ ਵਿੱਚ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣਾ ਲੈਂਦੇ? ਤੁਸੀਂ ਗੁਜਰਾਤ ਦੇ ਵਿੱਚ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣਾ ਲੈਂਦੇ? ਜਿੱਥੇ ਅੱਜ ਸਰਕਾਰਾਂ ਹੈ ਉੱਥੇ ਤੁਸੀਂ ਬਣਾਉਣ ਲਈ ਤਿਆਰ ਨਹੀਂ। ਅੱਜ ਤੁਸੀਂ ਇਹ ਸਿਰਫ ਵੋਟ ਹਾਸਲ ਕਰਨ ਵਾਸਤੇ ਦਲਿਤਾਂ ਦੇ ਨਾਂ 'ਤੇ ਇਹ ਝੂਠੇ ਵਾਅਦੇ ਝੂਠੇ